ਬੀਤੇ ਦਿਨ ਚਰਨਜੀਤ ਜੱਸੋਵਾਲ ਨਾਂ ਦੇ ਇੱਕ ਬੰਦੇ ਨੇ ਲੈਕਚਰ ਕਰਦੀਆਂ ਘਟੀਆ ਪੱਧਰ 'ਤੇ ਉਤਰ ਕੇ ਗੱਲਾਂ ਕੀਤੀਆਂ ਨੇ। ਇਹਨਾਂ ਨੇ ਨਹੀਂ, ਇਸ ਤੋਂ ਇਲਾਵਾ ਉਸਨੇ ਕਾਤਲਾਨਾ ਧਮਕੀਆਂ ਵੀ ਦਿੱਤੀਆਂ ਨੇ। ਉਸਨੇ ਇਹ ਕਿਹਾ ਵੀ ਜਿਹੜਾ ਉਹਨਾਂ ਦੀ ਸੋਚ ਦੇ ਖਿਲਾਫ ਗੱਲ ਕਰੇਗਾ 6 ਦੀਆਂ 6 ਗੋਲੀਆਂ ਉਹਨਾਂ 'ਚੋਂ ਲੰਘਾ ਦਿੱਤੀਆਂ ਜਾਣਗੀਆਂ। ਫਿਰ ਉਸਨੇ ਕਿਹਾ ਜਿਉਂਦੇ ਜ਼ਮੀਨ 'ਚ ਗੱਡ ਦਿੱਤਾ ਜਾਵੇਗਾ। ਇਹ ਚਰਿਆਮ ਵੀਡੀਓ ਰਿਲੀਜ਼ ਹੋ ਚੁੱਕੀ ਹੈ, ਸਿਰਫ ਲੈਕਚਰ ਨਹੀਂ। ਚੌਕ ਮਹਿਤਾ ਡੇਰਾ ਜਿਹੜਾ ਆਪਣੇ ਆਪ ਨੂੰ ਨਾਜਾਇਜ਼ ਤੌਰ 'ਤੇ ਦਮਦਮੀ ਟਕਸਾਲ 1977 ਤੋਂ ਕਹਿਣ ਲੱਗ ਪਿਆ, ਉਹਦੇ ਬੰਦੇ ਬੈਠੇ ਸਨ, ਉਹਨਾਂ ਦਾ ਇਕੱਠ ਸੀਗਾ, 500-700 ਬੰਦਾ ਵੀ ਨਹੀਂ ਹੋਏਗਾ। ਵੈਸੇ ਇਹਨਾਂ ਨੂੰ ਤਕਲੀਫ ਤਾਂ ਇਹੀ ਵੀ ਇਹਨਾਂ ਕੋਲ 500 ਬੰਦਾ ਵੀ ਨਹੀਂ ਆਉਂਦਾ, ਅਤੇ ਢੱਡਰੀਆਂ ਜਾਂ ਪੰਥਪ੍ਰੀਤ ਜਿੱਥੇ ਜਾਂਦੇ ਨੇ ਉੱਥੇ 50-50 ਹਜ਼ਾਰ ਬੰਦਾ ਚਲਾ ਜਾਂਦਾ। ਔਰ ਇਹਨਾਂ ਦੀਆਂ ਵੀਡੀਓ ਜਿਹੜੀਆਂ ਨੇ ਯੂਟਿਊਬ 'ਤੇ ਪਈਆਂ ਨੇ, 50 ਬੰਦਿਆਂ ਨੇ ਵੀ ਨਹੀਂ ਦੇਖੀਆਂ ਹੁੰਦੀਆਂ। ਹਾਲਾਂਕਿ ਇਹਨਾਂ ਨੇ ਹਦਾਇਤਾਂ ਕੀਤੀਆਂ, ਯਾਰ 5-5, 10-10 ਵਾਰੀ ਦੇਖੋ, ਅਤੇ ਦੂਜਿਆਂ ਦੀਆਂ ਨੇ ਹਜ਼ਾਰਾਂ ਦੀ ਗਿਣਤੀ 'ਚ ਦੇਖੇ ਜਾਂਦੇ। ਇਹਨਾਂ ਨੂੰ ਤਕਲੀਫ ਤਾਂ ਇਹ ਹੈ, ਉਹ ਇਹਨਾਂ ਨੇ ਇਹ ਜਿਹੜਾ ਚੌਕ ਮਹਿਤਾ ਡੇਰੇ ਵਾਲੇ ਜਿਹੜੇ ਨੇ ਉਹਦੇ 'ਚ ਬੈਠੇ ਹੋਏ ਸਨ, ਜੋ ਖੁਦ ਨੂੰ ਟਕਸਾਲ ਕਹਿਣ ਲੱਗ ਪਏ ਸਨ, ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਬੈਠੇ ਸਨ, ਕਿਉਂਕਿ ਪਰਸੋਂ ਇਹ ਫੰਕਸ਼ਨ ਹੋਇਆ ਐਤਵਾਰ, ਅਤੇ ਇਸ ਫੰਕਸ਼ਨ ਦੀ ਕੱਲ੍ਹ ਉਹਨਾਂ ਨੇ ਵੀਡੀਓ ਵੀ ਰਿਲੀਜ਼ ਕਰਤੀ, ਜਿਹੜੀ ਕਿ ਸਾਰੇ ਬੰਦਿਆਂ ਤੱਕ ਪਹੁੰਚ ਚੁੱਕੀ ਹੈ। ਜਿਹੜੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਆਗੂ ਵੀ ਦੇਖ ਚੁੱਕੇ, ਪੰਜਾਬ ਸਰਕਾਰ ਦੇ ਬੰਦੇ ਵੀ ਦੇਖ ਚੁੱਕੇ ਹੋਣਗੇ। ਇਹ ਮਾਹੌਲ ਬੜਾ ਖਤਰਨਾਕ ਹੈ। ਇਹ ਮੈਨੂੰ ਵੈਸੇ ਹੈਰਾਨੀ ਕੋਈ ਨਹੀਂ ਹੋਏਗੀ ਧਮਕੀਆਂ ਤੋਂ, ਕਿਉਂਕਿ ਇਹੋ ਜਿਹੀਆਂ ਧਮਕੀਆਂ ਮੈਨੂੰ ਮਿਲ ਚੁੱਕੀਆਂ ਨੇ, ਪ੍ਰੋਫੈਸਰ ਦਰਸ਼ਨ ਸਿੰਘ ਨੂੰ ਮਿਲ ਚੁੱਕੀਆਂ, ਰਣਜੀਤ ਸਿੰਘ ਢੱਟਲੀਆਂ ਵਾਲੇ ਨੂੰ, ਪੰਥਪ੍ਰੀਤ ਸਿੰਘ ਨੂੰ, ਅਮਰੀਕ ਨੂੰ ਮਿਲ ਚੁੱਕੀਆਂ, ਔਰ ਸਾਡੇ ਵਿੱਚੋਂ ਕਈਆਂ 'ਤੇ ਅਟੈਕ ਵੀ ਹੋਏ ਨੇ। ਜੇਕਰ ਮੇਰੇ ਕੋਲ ਪੁਲਿਸ ਪ੍ਰੋਟੈਕਸ਼ਨ ਨਾ ਹੋਵੇ ਤਾਂ ਮੇਰੇ 'ਤੇ ਤਾਂ ਰੋਜ਼ ਅਟੈਕ ਕਰ ਦੇਣ, ਅਤੇ ਪ੍ਰੋਫੈਸਰ ਦਰਸ਼ਨ ਸਿੰਘ ਦੇ ਨਾਲ ਸਾਥੀ ਉਹਨੂੰ ਪ੍ਰੋਟੈਕਟ ਕਰਨ ਵਾਲੇ ਨਾ ਹੋਣ ਤਾਂ ਉਹਨੂੰ ਰੋਜ਼ ਅਟੈਕ ਕਰਨ। ਰਣਜੀਤ ਸਿੰਘ ਢੱਡੀਆਂ ਵਾਲਾ ਵੀ ਜੇ 4-5 ਗੱਡੀਆਂ ਲੈ ਕੇ ਬੰਦੇ ਆਪਣੇ ਨਾ ਜਾਵੇ ਤਾਂ ਉਸਦੀ ਵੀ ਸ਼ਾਮਤ ਆ ਜਾਵੇ, ਅਤੇ ਅਮਰੀਕ ਸਿੰਘ ਨਾਲ ਵੀ ਇਸ ਤਰ੍ਹਾਂ ਹੋ ਚੁੱਕੀ ਹੈ, ਇੰਦਰ ਸਿੰਘ ਘੱਗਾ ਨਾਲ ਵੀ ਹੋ ਚੁੱਕੀ ਹੈ, ਹੋਰ ਵੀ ਕਈ ਨਾਲ ਹੋ ਚੁੱਕੀ ਹੋਗੀ। ਇਹ ਗੁੰਡਾਗਰਦੀ ਹੈ, ਸ਼ਰੇਆਮ ਹੈ, ਔਰ ਇਹ ਸ਼ਰੇਆਮ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਤਲ ਕਰਨ ਦੀਆਂ, ਇਹ ਬਹੁਤ ਖਤਰਨਾਕ ਗੱਲ ਹੈ। ਇਹੋ ਜਿਹਾ ਗੁੰਡਾ ਸਲੂਕ ਜਿਹੜਾ ਹੈ ਗੁਰੂ ਨਾਨਕ ਸਾਹਿਬ ਵੇਲੇ ਵੀ ਨਹੀਂ ਸੀ, ਜਦੋਂ ਕੁਰੂਕਸ਼ੇਤਰ ਦੇ ਅਰਧ ਉਰ ਗਏ ਆ, ਤਾਂ ਉਹ ਹਿੰਦੂ ਧਰਮ ਦੇ ਬਿਲਕੁਲ ਉਲਟ ਗੱਲਾਂ ਕਰ ਰਹੇ ਨੇ। ਉਹਦਾ ਵਰਤਾਵਾ ਬਿਲਕੁਲ ਉਲਟ ਸੀ, ਉਸ ਤੋਂ ਖਿਚਣਾ ਚਾਹੀਦਾ ਸੀਗਾ ਵੀ ਇਹ ਮਾਸਕ ਪਾ ਰਹੇ ਨੇ ਕੁਰੂਕਸ਼ੇਤਰ 'ਚ ਸੂਰਜ ਗ੍ਰਹਿਣ ਵਾਲੇ ਦਿਨ, ਇਹ ਜਿਹੜਾ ਪਿੱਤਰਾਂ ਨੂੰ ਪਾਣੀ ਦੇਣ ਦੇ ਬਜਾਏ ਪੁੱਠੇ ਪਾਸੇ ਉਹਨਾਂ ਦੇ ਤੀਰਥ 'ਤੇ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ। ਇਹੋ ਜਿਹੀ ਹਰਕਤ ਆ ਉੱਥੇ ਉਹਨਾਂ ਨਾਲ ਵੀ ਨਹੀਂ ਹੋਈ, ਇਹੋ ਜਿਹੀ ਹਰਕਤ ਆ ਜਿਹੜੀ ਗੁਰੂ ਨਾਨਕ ਸਾਹਿਬ ਜਦੋਂ ਮੱਕੇ ਗਏ ਉਦੋਂ ਵੀ ਨਹੀਂ ਹੋਈ, ਜਦੋਂ ਸਿਰਫ ਉਹਨੇ ਕਿਹਾ ਵੀ ਪੈਰ ਇਸ ਪਾਸੇ ਨਹੀਂ ਰੱਖੇ, ਜੋ ਕਹਾਣੀ ਹੈ ਕੀ ਹੋਇਆ ਇਹਦੀ ਗੱਲ ਛੱਡੋ, ਪਰ ਕੀ ਉਹ ਸੱਚ ਸੀ ਕਿ ਕਿੰਨਾ ਉਹਦੇ 'ਚ ਕੀ ਸੱਚ ਹੈ ਉਹ ਬਾਅਦ 'ਚ ਗੱਲ ਕਰਾਂਗੇ। ਪਰ ਵੀ ਇਹ ਵੀ ਕਿਸੇ ਨੇ ਗੁਰੂ ਨਾਨਕ ਸਾਹਿਬ 'ਤੇ ਹਮਲਾ ਨਹੀਂ ਕੀਤਾ, ਗੁਰੂ ਨਾਨਕ ਸਾਹਿਬ ਨੂੰ ਕਿਹਾ ਵੀ ਪੈਰ ਇੱਧਰ ਨਹੀਂ, ਇੱਧਰ ਅੱਛਾ ਬਈ ਤੁਹਾਨੂੰ ਜਿੱਧਰ ਲੱਗਦੇ ਆ ਠੀਕ ਉੱਧਰ ਕਰਦੇ। ਇਹੋ ਜਿਹਾ ਤਾਂ ਮੁਸਲਮਾਨ ਜਿਹੜੇ ਸ਼ੀਆ ਨੇ ਸੁੰਨੀਆਂ ਨਾਲ ਵੀ ਨਹੀਂ ਕਰਦੇ, ਸੁੰਨੀ ਜਿਹੜੇ ਨੇ ਉਹ ਅਲੀ ਨੂੰ ਪਹਿਲਾ ਨੰਬਰ ਨਹੀਂ ਮੰਨਦੇ, ਅਤੇ ਇਹਦਾ ਉਹਨਾਂ 'ਤੇ ਅਟੈਕ ਇਸ ਤਰ੍ਹਾਂ ਦੇ ਨਹੀਂ ਹੁੰਦੇ, ਉਹਨਾਂ ਨੂੰ ਧਮਕੀਆਂ ਨਹੀਂ ਦਿੱਤੀਆਂ ਜਾਂਦੇ ਵੀ ਤੁਸੀਂ ਧਰਮ ਛੱਡ ਦਿਓ, ਤੁਸੀਂ ਇਹ ਸੋਚਣਾ ਬੰਦ ਕਰ ਦਿਓ। ਇਹ ਜੋ ਵਹਾਬੀਆਂ ਨਾਲ ਵੀ ਹੁੰਦਾ, ਵਹਾਬੀ ਸਾਊਦੀ ਅਰੇਬੀਆ ਦੇ ਮਾਲਕ
ਜਿਹੜਾ ਮਾਫੀਆ ਗਰੁੱਪ ਨੇ, ਸਾਰੇ ਧਾਰਮਿਕ ਮਾਫੀਏ ਨੇ, ਇਹਨਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ।